ਦੇਖੋ ਭਾਈ ਬੰਦੇ ਨੂੰ ਪ੍ਰਾਹੁਣਾ ਕਰਿਆ ਆ, ਫੋਨ ਚੱਕੀ ਬੈਠਾ ਸੀਗਾ, ਹੁਣ ਹੱਥ ਖੜੇ ਕਰ, ਫੋਨ ਚੱਕੀ ਬੈਠਾ ਭਾਈ, ਵੀਡੀਓ ਬਣਾ ਲੈਂਦਾ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਵੇਰੇ ਉੱਠ ਖੜੇ ਸੀ ਇੱਥੇ ਆ ਕੇ, ਤੇ ਰਾਤ ਵਧੀਆ ਨੀਂਦ ਆਈ ਕਿਉਂਕਿ ਉੱਥੋਂ ਬੱਸਾਂ ਦੇ ਧੱਕੇ ਖਾ ਕੇ ਆਏ, ਬਹੁਤ ਔਖੇ ਪਹੁੰਚੇ ਕੱਲ੍ਹ, ਤੇ ਬੱਚੇ ਅੱਡਾ ਆਏ, ਮੈਂ ਅੱਡਾ ਆਇਆ, ਮਹਾਵੀਰ ਹੁਣ ਬੈਠਾ ਟਾਈਮ ਤੇ ਗੇਮ ਖੇਡੀ ਜਾਂਦਾ। ਬਾਕੀ ਬਲਜਿੰਦਰ ਰੋਟੀ ਬਣਾਉਂਦੇ, ਪਰੌਂਠੇ ਬਣਾਏ ਅੱਜ, ਪਿਆਜ਼ ਵਾਲੇ ਪਰੌਂਠੇ ਖਾਈ ਤੁਹਾਨੂੰ, ਪਿਆਜ਼ ਵਾਲੇ? ਹਾਂਜੀ ਆਲੂ ਪਿਆਜ਼, ਹਾਂ ਨਾ ਪਿਆਜ਼ ਹੀ ਹੈਗਾ, ਆਲੂ ਨੀ ਲੱਗਦੇ ਕਿ, ਆਲੂ ਵੀ ਨੇ, ਆਲੂ ਵੀ ਨੇ, ਹਾਂਜੀ ਪੂਰੇ ਭਰਵੇਂ ਨੇ, ਖਾਲੀ ਖਾਲੀ ਕਿਤੋਂ ਨੀ ਹੁੰਦਾ ਪਰੌਂਠਾ, ਦੇਖੋ ਐਂ ਭਰਿਆ ਹੋਇਆ ਪੂਰਾ, ਸਵਾਦ ਇੰਨੇ ਹੁੰਦੇ ਆ। ਮੈਂ ਇਹਨੂੰ ਕਈ ਵਾਰ ਕਿਹਾ, ਮੈਂ ਕਿਹਾ ਜੇ ਆਪਾਂ ਹੋਟਲ ਹੋਟਲ ਕਰ ਲਈ ਤਾਂ 100 ਰੁਪਏ ਦਾ ਹੀ ਪਰੌਂਠਾ ਪੈ ਜਾਣਾ ਆਰਾਮ ਨਾਲ। ਹੈਂ? ਦਹੀਂ ਅੱਡ ਜੀ ਸਾਰਿਆਂ ਨੂੰ, ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ, ਅਸੀਂ ਸਾਰੇ ਜਾਣੇ ਬਹੁਤ ਵਧੀਆ ਕੰਮ ਹੁੰਦੇ, ਸਾਰੇ ਕਰ ਲਏ ਨਾ, ਆਵੇਂ ਆਈ ਸੀ ਸਿਰ, ਮੈਂ ਹਜੇ ਪਾਉਣਾ ਨਾ ਜੀ, ਮੈਂ ਰੋਟੀ ਲੱਗ ਗਈ, ਪਹਿਲਾਂ ਮੈਂ ਝਾੜੂ ਪੋਚਾ ਕਰਤਾ ਸੀਗਾ, ਤੇ ਇੱਧਰ ਆਲੂ ਵਾਲ ਲਈ ਇੱਕ ਬਸ ਬੱਚਿਆਂ ਵਾਸਤੇ, ਇੱਕ ਬਸ ਸਰਦਾਰ ਜੀ ਪਿਆਜ਼ ਦੇ ਪਰੌਂਠੇ ਕਰਦੇ ਸੀ, ਉਹਨੂੰ ਪਿਆਜ਼ ਦੇ ਪਰੌਂਠੇ ਬਣਾ ਤੇ, ਇਹ ਅਲੱਗ ਅਲੱਗ ਬਣਾਇਆ, ਪਹਿਲਾਂ ਇਕੱਠੇ ਬਣਾਤਾ ਸੀਗਾ, ਦੇਖੋ ਭਾਈ ਬੰਦੇ ਨੂੰ ਫੋਨ ਚੱਕੀ ਬੈਠਾ ਸੀਗਾ, ਹੁਣ ਹੱਥ ਖੜੇ ਕਰ, ਫੋਨ ਚੱਕੀ ਬੈਠਾ ਭਾਈ, ਵੀਡੀਓ ਬਣਾ ਲੈਂਦਾ, ਮੈਂ ਤਾਂ ਵੀਡੀਓ ਬਣਾਵਾਂ ਕਿਤੇ, ਫਿਰ ਆਹੀ ਬੰਦ ਕਰਦਾ, ਦੇਖੋ ਇਹ ਟਾਈਮ ਆ ਗਿਆ, ਵੀਡੀਓ ਦੇਖਦੇ ਆ, ਵੀ ਮਾੜਾ ਟਾਈਮ ਆ ਗਿਆ, ਫਿਰ ਅਸੀਂ ਲਹੂ ਚੱਟੇ ਹੋ ਗਏ ਫੋਨ, ਹੁਣ ਪ੍ਰਾਹੁਣਾ ਸਾਡਾ ਵੀਡੀਓ ਬਣਾਉਂਦਾ ਸੀ, ਪ੍ਰਾਹੁਣਾ ਦੀ ਵੀਡੀਓ ਦੇਖਦੇ ਆ, ਹਾਂ ਤਾਂ ਕਰਕੇ ਵੀ ਚੱਲੋ, ਉਹ ਥੋੜੀ ਦੇਖਦਾ ਹੀ, ਹੋਰ ਦੇਖਦਾ ਹੀ, ਨਹੀਂ 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 ਹਾਂ, ਹੁਣ ਟਾਈਮ ਲੱਗਾ ਰੋਟੀ ਖਾਣ ਦਾ, ਸਾਰੇ ਨੂੰ ਖਵਾ ਕੇ ਜ਼ਿੰਮੇਵਾਰੀ ਵਧ ਗਈ, ਪਹਿਲੀ ਵਾਰ ਬਜਾਰ ਨੂੰ ਵੇਖ ਕੇ ਆ ਕੇ ਕੰਮ ਕਰਨਾ ਪੈ ਰਿਹਾ, ਸੰਭੀ ਵੀ ਇਹਨੇ ਉਹ ਆ ਪਾਵਰ ਆ ਮੇਰੇ, ਕੋਈ ਗੱਲਬਾਤ ਸੁਣਾਓ, ਗੱਲਬਾਤ ਸੁਣਾਓ ਕੋਈ, ਹਾਂਜੀ ਬਸ ਆ ਤੇ ਭੈਣ ਜੀ ਨੂੰ ਠਾਲ ਲਿਆ, ਮੈਂ ਕਿਹਾ ਉੱਠੋ ਆਪਾਂ ਗੱਲਾਂ ਬਾਤਾਂ ਕਰੀਏ, ਰੋਟੀ ਰਾਟੀ ਖਾ ਕੇ ਹਟੀ ਗਏ, ਪਹਿਲਾਂ ਬਾਹਰ ਲਸਣ ਛਿੱਲਿਆ ਭੈਣ ਜੀ ਨੇ, ਕਹਿੰਦੀ ਭਾਈ ਹੁਣ ਉਹ ਕੁੜੀ ਬਿਮਾਰ ਆ, ਕਹਿੰਦੀ ਮੈਂ ਹਿੰਮਤ ਕਰਾਵਾਂ, ਪੱਕੇ ਡਾਕਟਰ ਲੱਗੀ ਬਿਮਾਰ ਰੱਖਿਆ ਪੱਥਰ ਤੇ, ਵੀ 8 ਦਿਨ ਡਾਕਟਰ ਨੇ ਕਹਿੰਦੇ 8 ਦਿਨ ਠੀਕ ਹੋਣੀ ਚਾਹੀਦੀ ਹੈ, ਵੀ ਹੋ ਸਕਦਾ 2 ਦਿਨ ਵੱਧ ਲੱਗ ਗਏ, ਇਹ ਕੁਛ ਨੀ ਪਤਾ ਹੁੰਦਾ, ਨਹੀਂ ਹੋ ਸਕਦਾ ਵੱਧ ਲੱਗਣਾ, ਟਾਂਕੇ ਕਟਾਇਆ ਤੇ 2 ਦਿਨ ਹੋਰ ਵੱਧ ਜਾਣ, ਤੁਸੀਂ ਸੋਚਿਆ ਨਾ 1 ਦਿਨ ਹੋ ਰਿਹਾ 1 ਦਿਨ ਹੋ ਰਿਹਾ, ਮਸਾ ਲਿਆਉਣਾ 1 ਦਿਨ ਹੋਰ ਖਚ ਖੁਚ ਕਰੀ, ਇਹ ਪੱਕਾ ਹੀ ਕਰ ਖਾਗਾ, ਕੋਈ ਫੋਨ ਚੱਕ ਲੈ, ਵੀਡੀਓ ਦਿਖਾਦਾ ਕਿਹੜੀ ਚਲਾਉਣਾ, ਕਮਾ ਫੋਨ ਆ ਦੇ ਲੈ, ਕਿਹੜੀ ਦੇਖਦਾ, ਹਰ ਕੰਮ ਛੱਡਤਾ, ਕੰਮ ਘਟ ਗਿਆ ਸਾਡੇ, ਉਹਨਾਂ ਅੱਗੇ ਡੰਗਰਾਂ ਪਸ਼ੂਆਂ ਦਾ ਹੁੰਦਾ ਸੀ, ਉਹਨੇ ਲੱਗੇ ਰਹਿੰਦੇ ਸੀ, ਆਦਤ ਪੈ ਗਈ, ਹਾਂਜੀ ਆਦਤ ਪੈ ਗਈ, ਹੁਣ ਵਿਹਲੇ ਰਹਿਣ ਦੀ ਆਦਤ ਪੈ ਗਈ ਨਾ, ਮਾੜੀ ਆ, ਕੰਮ ਕਰਨੇ ਔਖੇ ਹੋ ਰਹੇ, ਕੰਮ ਕਰਨਾ ਬੜਾ ਔਖਾ, ਲੈ ਤੂੰ ਡੈਰੀ ਤੇ ਬੰਦਾ ਰੱਖ ਲੈ ਕੁਲਵਿੰਦਰ, ਤੂੰ ਮੁੜ ਕੇ ਤੇਤੋਂ ਕੰਮ ਨਹੀਂ ਆਉਣਾ ਹੈਗਾ, ਹਾਂ ਬਹੁਤ ਪਿੱਛੇ ਜਿਹੜੀਆਂ ਜਿੰਨਾ ਘਟ ਗਏ ਉਹਨਾਂ ਘਟ ਗਏ, ਬਸ ਜਿੰਨਾ ਘਟ ਗਿਆ ਬੰਦਾ ਔਖਾ ਹੁੰਦਾ, ਅਗਲਾ ਕੰਮ ਛੱਡ ਗਿਆ ਰੱਖੀ, ਹੁਣ ਏਸੀ ਬਣਾ ਸਰ ਤੇ ਲੋਕਾਂ ਦੇ ਹੀ ਨਹੀਂ ਕੰਮ ਵਾਲਿਆਂ ਦੇ, ਦੇਖੋ ਭਾਈ ਹਾਲ ਆ, ਪਛਾਣਾ ਕੌਣ ਬੰਦਾ, ਆ ਪਛਾਣਾ ਕੌਣ ਬੰਦਾ, ਜਿਹੜੇ ਦੀ ਪਛਾਣ ਕਰ ਲਈ ਉਹਨੂੰ 50,000 ਰੁਪਏ ਦੱਤ ਦੇਵਾਂਗੇ, ਪਹਿਚਾਣ ਕਰੋ, ਪਹਿਚਾਣ ਕਰਤਾ।
24 ਘੰਟੇ ਬਸ ਹੱਸ ਕੇ ਦੁਕਾਨ ਦਾ ਫਿਰ ਮੈਨੂੰ ਕਹਿੰਦਾ ਤੁਹਾਡੀ ਵੀਡੀਓ ਦੇਖਦਾ ਪੈਣੇ ਹੁੰਦਾ ਬਸ ਹਨਾ ਖਾਂਦੇ ਨੇ ਚੀਜ਼ ਪਈ ਵੀ ਖਰਾਬ ਹੋ ਜਾਂਦੀ ਆਪਣੇ ਘਰੇ ਖਾ ਲੈਣੀ ਚਾਹੀਦੀ ਆ ਉਦੋਂ ਹੀ ਵਧੀਆ ਇਹ ਹੈ ਵੀ ਸਾਰੇ ਵਧੀਆ ਵਿਆਹ ਤਾਂ ਉਹਨਾਂ ਨੇ ਕੱਟੇ ਹੁੰਦੇ ਨੇ ਬੱਚੀ ਮਾੜੇ ਮੋਟੇ ਸਭ ਲਿਆ ਕੇ ਖਵਾ ਹੁੰਦੇ ਆਪਾਂ ਨੂੰ ਭਾਈ ਹੁਣੀ ਆ ਗਏ ਥੋੜਾ ਲੇਟ ਹੋ ਗਏ ਦਹੀਂ ਵਾਲਾ ਭਾਂਡਾ ਕੁੜੀ ਹੈਗੀ ਬੀਐਸਸੀ ਮੁੰਡੇ ਬਹੁਤ ਵਧੀਆ ਦੋ ਆਪਣੇ ਪਿੰਡ ਦੀ ਨਾਭੇ ਪੜਿਆ ਸੀ ਪਹਿਲਾਂ ਫਿਰ ਉੱਠ ਗਿਆ ਸੀ ਉਹ ਕਨੇਡਾ ਦਰਸ਼ਨ ਦਾ ਉਹੀ ਡਿਟੇਲ ਭੇਜੀ ਇਹ ਵੀ ਖਰਾਬ ਸੀ ਇਹਦਾ ਵੀ ਸਾਰਾ ਬਾਇਓਡਾਟਾ ਨੇ ਉਹ ਕਰਤਾ ਚੱਕਤਾ ਹਾਲੋ ਤੁਸੀਂ ਪਨੀਰ ਛੱਡੀ ਜਾਂਦੇ ਕਹਿੰਦੇ ਸਵਾਦ ਨੀ ਲੱਗਿਆ ਤੁਹਾਡੇ ਆਈ ਨੇ
ਡੱਬਾ ਲੈ ਕੇ ਆਏ ਨੇ ਮੇਰੇ ਹੁਣੀ ਡੱਬਾ ਲੈ ਕੇ ਆਇਆ ਮੇਰੇ ਵਾਸਤੇ ਨਾ ਮੇਰੇ ਕੋਲ ਆਉਣਾ ਸੀ ਮੈਂ ਇੱਥੇ ਆ ਗਈ ਇੱਥੇ ਡੱਬਾ ਲੈ ਆਏ ਇਹ ਕੀ ਬਣਿਆ ਹੋਇਆ ਇਹ ਕਹਿੰਦੇ ਕੀ ਇਹਨਾਂ ਨੂੰ ਬਸ ਓਹੀ ਲਾ ਲੋ ਇਹ ਕਟਲੇਟ ਟਾਈਪ ਕੁਛ ਆਲੂ ਉਲੂ ਜੇ ਹੁੰਦੇ ਨੇ ਨਾ ਬਣਾਇਆ ਬਣਾਇਆ ਪੈਕਟ ਮਿਲਦਾ ਤੇਲ ਚ ਫਰਾਈ ਕਰ ਲਈ ਲੱਗਦੇ ਸਵਾਦ ਆਉ ਹਨਾ ਬਣਦੇ ਵਧੀਆ ਪੰਚੀ ਬਣਦੇ ਨਾਲੇ ਕਿਉਂਕਿ ਫਰਿੱਜ ਫਰੁੱਜ ਚ ਰੱਖਣੇ ਪੈਂਦੇ ਨਾ ਇਹ ਚਾਹ ਪੀਣ ਲੱਗੇ ਸੀਗੇ ਵੀਰੇ ਹੁਣਾਂ ਨੇ ਜਾਣਾ ਹੁਣ ਕਹਿੰਦੇ ਲੇਟ ਵਾਲੀ ਹੋ ਗਏ ਹਰੇ ਪੌਣੇ ਪੰਜ ਹੋਏ ਜਾਣਾ ਇਹਨਾਂ ਨੇ 10 ਕਿਲੋਮੀਟਰ ਹੀ ਆ ਦੂਰ ਵਾਲੀ ਆ ਵਾਲੀ ਦੂਰ ਜਾਣਾ 10 ਕਿਲੋਮੀਟਰ ਜਾਣਾ ਕਹਿੰਦੇ ਟਾਈਮ ਬਹੁਤ ਲੱਗ ਜੂ ਸਾਨੂੰ ਪਹੁੰਚਣ ਨੂੰ ਹਨੇਰਾ ਹੋ ਜੂ ਪਾਣੀ ਤਾਂ ਕਹਿੰਦੀ ਕਿੱਥੋਂ ਲੈ ਲਾਂਗੇ ਫਰਿੱਜ ਉਹ ਕਿਹੜੀ ਬੋਤਲ ਚੋਂ ਕਹਿੰਦੀ ਇਹ 'ਚ ਪਾਣੀ ਨਹੀਂ ਗਾ ਰਾਤ ਨੂੰ ਜਾਣਾ ਧਾਰਾਂ ਚੋ ਕੇ ਫਿਰ ਚੰਨ ਚ 10 ਵੱਜ ਜਾਣ ਜੇ ਸਾਨੂੰ ਕੋਈ ਟੈਨਸ਼ਨ ਰਾਤ ਨੂੰ ਆਉਣਾ ਸੀ ਇਹਨੇ ਆਪਣੇ ਕੋਲ ਵੀ ਸ਼ਾਮ ਨੂੰ ਕਿੰਨੇ ਵਜੇ ਧਾਰਾਂ ਚੋ ਸਕਦੇ ਸਾਰੇ ਜਾਣੀਆਂ ਹੁਣ 7 ਵਜੇ ਤੁਰ ਕੇ ਤੁਹਾਡੇ ਕੋਲ ਨਾ ਸਭਾ ਨਾਲ ਜਾ ਪੜਨਾ ਫਿਰ ਵੀ 10 ਵਜੇ ਆਯੋ ਧਾਰਾਂ ਨੂੰ ਕਹਿ ਕੇ ਆਯੋ ਠੀਕ ਆ ਕਪੂਰਥਲਾ ਘੁੰਮ ਕੇ ਆਵਾਂਗੇ ਬਹੁਤ ਵਧੀਆ ਗੁਰਦਾ ਥੋੜਾ ਜਿਹਾ ਇਹਨੂੰ ਹੁਣ 20 ਕੁ ਦਿਨ ਲੱਗ ਜਾਣਾ ਝੋਨੇ ਨੂੰ ਜਿਹੜਾ ਲਾਉਣਾ ਕਰਨ ਉਦੋਂ ਬਾਅਦ ਚ ਫਿਰ ਕਰਨਾ ਸਗਨ ਫੜ ਦੇਣੀ ਸੀ ਆਪੀ ਆਉਂਦਾ ਹੌਲੀ ਹੌਲੀ ਗੱਲਾਂ ਬਾਤਾਂ ਨਾਲ ਹੀ ਲੱਗ ਜਾਂਦਾ ਰਹਿੰਦੇ ਨਹੀਂ ਜੁਗਰਾਜ ਦੀ ਗੱਲ
ਵਾਲੀ ਆ ਨਾ ਮੀਹਾਂ ਚ ਵਾਲੀ ਛੇਤੀ ਵੱਧ ਜਾਂਦਾ ਨਾਰ ਲੱਗੇ ਪਏ ਆ ਦੇਖ ਮੰਮੀ ਕਹਿੰਦਾ ਕਿ ਆਪਾਂ ਕਹਿੰਦੇ ਸੀ ਪੱਟ ਦੀਏ ਬਈ ਬਦਾਮ ਉੱਥੇ ਵੀਡੀਓ ਪਾਈ ਬਈ ਆੜੂ ਵਰਗਾ ਵਾ ਜਮੀ ਬਈ ਹੈ ਬਦਾਮ ਆਪਣੇ ਵੀ ਉੱਥੇ ਨਵੇਂ ਲੱਗਣ ਲੱਗ ਗਏ ਇਹ ਪਤਾ ਨੀ ਕੀ ਗੱਲ ਨਾਲ ਦੀ ਨਾਲ ਹੀ ਹਾਂ ਆਪਣੇ ਹੁਣ ਸਾਰੇ ਟੁੱਟ ਕੇ ਨਵੇਂ ਆ ਗਏ ਖਾਂਦੇ ਪੀਂਦੇ ਘਰਾਂਦੇ ਆ ਖਾਂਦੇ ਨੀ ਪੀਂਦੇ ਖਾਂਦੇ ਵੀ ਨਾਲ ਪੀਂਦੇ ਖੜੀ ਕਰੀ ਗਈ ਆ ਮੇਰੇ ਉਹਨਾਂ ਨੂੰ ਕੁਛ ਨਾ ਕੱਢਿਓ ਪੈਸੇ ਮਿੰਟ ਚ ਫੜ ਲੈ ਕਿੰਨੇ ਪੈਸੇ ਫੜ ਲੈ ਆਏ ਨੀ ਕੋਈ ਤੇਰੇ ਵੀ ਲਾਉਂਦੇ ਚੰਗਾ ਜੀ
ਚਲੋ ਠੀਕ ਆ ਪੁੱਤ ਬਾਏ। ਫਲ ਜਾਂਦੀਆਂ ਨੇ ਚੇਪੀ ਜੀ ਫਲ ਜਾਂਦੀ। ਸੰਗਰੂਰ ਕਰਕੇ ਵੀ ਚਾਰ ਆ ਗਏ, ਕੋੜ ਤੁੰਬੇ ਦਾ ਅਚਾਰ, ਨਿੰਬੂ ਦਾ ਅਚਾਰ, ਮਿਰਚਾਂ ਦਾ ਅਚਾਰ, ਘਰ ਦੇ ਕਾਲੇ ਛੋਲੇ, ਘਰ ਦੇ ਚੌਲ, ਘਰ ਦੀ ਮੂੰਗੀ, ਤੇ ਇੱਕ ਡੱਬਾ ਲੈ ਕੇ ਆਏ ਸੀ ਮਿਠਾਈ ਦਾ ਮੇਰੇ ਵਾਸਤੇ, ਇੱਕ ਆਹ ਲਈ ਭਾਂਡਾ ਦੇ ਗਈ ਮੈਨੂੰ ਦਹੀਂ ਮੋਣ ਨੂੰ, ਤੇ ਨਾਲ ਚਾਰੇ ਪੈਸੇ ਦੇ ਗਏ। ਬਹੁਤ ਮਾਣ ਤਾਨ ਕਰਦੇ ਆ, ਸਾਡੇ ਕੋਲ ਆਉਣਗੇ ਹੁਣ ਫਿਰ ਉੱਥੇ।